ਤੁਸੀਂ ਦੇਖ ਰਹੇ ਹੋ ਵਾਇਸ ਆਫ ਪੰਜਾਬ ਟੀਵੀ ਆਵਾਜ਼ ਤੁਹਾਡੀ ਕਲਮ ਸਾਡੀ ਮੁੱਖ ਮੰਤਰੀ ਨੂੰ ਅਸੀਂ ਦੋਸ਼ੀ ਗਿਣਦੇ ਆ ਇਸ ਕਰਕੇ ਅਸੀਂ ਉਸ ਦਾ ਘਰਾਓ ਜਾਂ ਉਹਦੇ ਬਾਹਰ ਕੇ ਜਾਣਾ ਨਹੀਂ ਚਾਹੁੰਦੇ ਕੋਈ ਫਾਇਦਾ ਨਹੀਂ ਕਿਉਂਕਿ ਦੋਸ਼ੀ ਹੈ ਮਹਿਕਮਾ ਉਹਦੇ ਕੋਲੇ ਆ ਸਾਰਾ ਸਿਸਟਮ ਉਹਦੇ ਥੱਲੇ ਹੈ ਗਵਰਨਰ ਨੂੰ ਅਸੀਂ ਕੱਲ੍ਹ ਮੈਮੋਰੈਂਡਮ ਦੇ ਕੇ ਇਹ ਕਿਹਾ ਸੀ ਕਿ ਗਵਰਨਰ ਕੋਲੇ ਇਹ ਪਾਵਰ ਹੁੰਦੀ ਹੈ ਕਿ ਸਟੇਟ ਦੇ ਵਿੱਚ ਲਾਅ ਐਂਡ ਆਰਡਰ ਦੀ ਗੱਲ ਹੋਵੇ ਕਰਪਸ਼ਨ ਦੀ ਹੋਵੇ ਕੋਈ ਇਸ ਤਰ੍ਹਾਂ ਦੀ ਜਿਸ ਤਰ੍ਹਾਂ ਇਹ ਮੌਤਾਂ ਦਾ ਇੱਕ ਬੜਾ ਵੱਡਾ ਦੁਖਾਂਤ ਹੋਇਆ ਇਸ ਤਰ੍ਹਾਂ ਦੇ ਹਾਲਾਤ ਹੋਣ ਤਾਂ ਇਹ ਆਪਣੀਆਂ ਰਿਪੋਰਟਾਂ ਸੈਂਟਰ ਨੂੰ ਭੇਜ ਦੇਣ ਕਿ ਸਰਕਾਰ ਫੇਲ ਹੈ ਇਸ ਕਰਕੇ ਇਹਦੇ 'ਚ ਆਹ ਕਮੀਆਂ ਨੇ ਉਹਨਾਂ 'ਤੇ ਫਿਰ ਸੈਂਟਰ ਸਰਕਾਰ ਐਕਸ਼ਨ ਲੈਂਦੀ ਹੈ ਅਸੀਂ ਕਹਿੰਦੇ ਹਾਂ ਕਿ ਇਹ ਜਿਹੜਾ ਡਰਾਮਾ ਹੈ ਇਹ ਬੰਦ ਕਰੋ ਸੀ ਬੀ ਆਈ ਦੀ ਇਨਕੁਆਇਰੀ ਕਰੋ ਉਸੇ ਮੁੱਖ ਮੰਤਰੀ ਥੱਲੇ ਹੋ ਰਿਹਾ ਜਿਸ ਮੁੱਖ ਮੰਤਰੀ 'ਤੇ ਅਸੀਂ ਕਹਿੰਦੇ ਹਾਂ ਦੋਸ਼ੀ ਹੈ ਅਤੇ ਫਿਰ ਇਸ ਇਨਕੁਆਇਰੀ ਦਾ ਕਮਿਸ਼ਨ ਦਾ ਫਾਇਦਾ ਕੋਈ ਨਹੀਂ ਇਹ ਅੱਖਾਂ 'ਚ ਘੱਟਾ ਪਾ ਰਹੇ ਅਸੀਂ ਸੀ ਬੀ ਆਈ ਦੀ ਇਨਕੁਆਇਰੀ ਮੰਗਦੇ ਹਾਂ ਨਾਲ ਇਹ ਮਨੀ ਲਾਂਡਰਿੰਗ ਦਾ ਕੇਸ ਹੈ ਈ ਡੀ ਦੀ ਨਾਲ ਇਨਕੁਆਇਰੀ ਇਹਨਾਂ ਨੇ ਈ ਡੀ ਨੂੰ ਫਾਈਲਾਂ ਦਿੱਤੀਆਂ ਜੇ ਲੈਣਗੇ ਇਹਦਾ ਮਤਲਬ 100% ਦੋਸ਼ੀ ਹੈ ਨੰਬਰ 3 ਅਸੀਂ ਕਹਿੰਦੇ ਹਾਂ ਕਿ 302 ਦਾ ਪਰਚਾ ਇਹਨਾਂ ਨੇ ਕਹਿਤਾ ਲੇਕਿਨ ਕਰ ਨਹੀਂ ਰਹੇ ਡਰਾਮਾ ਹੈ ਜਿੰਨੀਆਂ ਮੌਤਾਂ ਹੋ ਚੁੱਕੀਆਂ ਨੇ ਰਾਤ ਲੇਟੈਸਟ ਮੈਂ ਇੱਕ ਟੀ ਵੀ ਚੈਨਲ 'ਤੇ ਸੁਣਿਆ ਉਹਨਾਂ ਨੇ 133 ਕਹੀਆਂ ਨੇ ਲੇਕਿਨ ਕੁਛ ਅੱਧੇ ਹੋ ਚੁੱਕੇ ਨੇ ਅਜੇ ਪਏ ਨਾ ਹਸਪਤਾਲਾਂ 'ਚ ਮੌਤਾਂ ਦਾ ਪਰਮਾਤਮਾ ਕਰੇ ਹੋਰ ਨਾ ਕਰੇ ਲੇਕਿਨ ਪਤਾ ਨਹੀਂ ਕੀ ਹਾਲਾਤ ਹੋਣੇ ਨੇ ਏਡਾ ਵੱਡਾ ਦੁਖਾਂਤ ਹੈ ਜਿਹੜਾ ਅੱਜ ਤੱਕ ਪੰਜਾਬ ਦੀ ਹਿਸਟਰੀ 'ਚ ਨਹੀਂ ਵਾਪਰਿਆ ਹੁਣ ਪੁਆਇੰਟ ਇਹ ਹੈ ਕਿ ਇਹ ਕਿੱਥੋਂ ਆਈ ਇਹ ਜਿਹੜੀ ਐਥਨੋਲ ਸੀ ਕਿੱਥੋਂ ਆਈ ਸਰਕਾਰ ਦੇ ਕਾਨੂੰਨ ਬਗੈਰ ਸਰਕਾਰ ਦੀ ਫੈਕਟਰੀ 'ਚ ਬਣਦੀ ਹੈ ਲਾਇਸੈਂਸ ਇਸ਼ੂ ਹੁੰਦਾ ਇਸ਼ੂ ਲਾਇਸੈਂਸ ਤੋਂ ਬਗੈਰ ਇੱਕ ਲੀਟਰ ਸ਼ਰਾਬ ਨਹੀਂ ਉਹ ਨਹੀਂ ਕਿਤੇ ਐਥਨੋਲ ਜਾ ਸਕਦੀ ਇਹ ਜਿੱਥੇ ਜਿੱਥੇ ਵੀ ਵਰਤੀ ਜਾਂਦੀ ਹੈ ਭਾਵੇਂ ਡਿਸਟਿਲਰੀਆਂ 'ਚ ਵਰਤੀ ਜਾਂਦੀ ਹੈ ਭਾਵੇਂ ਆਊਟ ਆਫ ਡਿਸਟਿਲਰੀ ਵਰਤੀ ਜਾਂਦੀ ਹੈ ਇਹ ਕਿੱਥੋਂ ਗਈ ਅਤੇ ਜਿਹੜੇ ਇਲੀਗਲ ਡਿਸਟਿਲਰੀਆਂ ਚੱਲ ਰਹੀਆਂ ਸੀ ਉਹਨਾਂ ਦੇ ਬਾਲਕਾਂ ਨੂੰ ਕਿਉਂ ਨਹੀਂ ਫੜਿਆ ਜਿੱਥੋਂ ਗਈ ਅਤੇ ਕਿੱਥੇ ਗਈ ਉਹ ਕੌਣ ਕੌਣ ਦੋਸ਼ੀ ਨੇ ਜਿਹੜੀਆਂ 4-5 ਫੜੀਆਂ ਗਈਆਂ ਨੇ ਇਹ ਫੈਕਟਰੀਆਂ ਲਿਕਰ ਦੀਆਂ ਉਹਨਾਂ ਦਾ ਅਜੇ ਤੱਕ ਕਿਸੇ ਦੇ ਮਾਲਕ ਨੂੰ ਫੜਿਆ ਕਿਸੇ 'ਤੇ ਪਰਚਾ ਦਰਜ ਹੋਇਆ ਨਹੀਂ ਇਸ ਕਰਕੇ ਡਰਾਮੇ 'ਤੇ ਡਰਾਮਾ ਕਰੀ ਜਾ ਰਹੇ ਲੋਕਾਂ ਦਾ ਧਿਆਨ ਜਿਹੜੇ ਗਰੀਬ ਲੋਕ ਰੋਟੀ ਕਿਤੇ ਗੁੜ ਪਾ ਕੇ ਥੋੜ੍ਹਾ ਕੱਢਦੇ ਸੀ ਉੱਧਰ ਨੂੰ ਮੋੜ ਰਹੇ ਨੇ ਕਿ ਜੇ ਉਹ ਸ਼ਰਾਬ ਗੁੜ ਦੀ ਕੱਢੀ ਅਤੇ ਤਾਂ ਇਹ ਸ਼ਰਾਬ ਨਹੀਂ ਇਹ ਜਿਹੜੀ ਐਥਨੋਲ ਹੈ ਜਿਹੜੀ ਇਸ ਦੂਜੀ ਲਿਕਰ 'ਚ ਵੀ ਪੈਂਦੀ ਹੈ ਉਹਦੀ ਮਾਤਰਾ ਇਹ ਉਸ ਮਾਤਰਾ ਤੋਂ ਵੱਧ ਸੀ ਇਸ ਕਰਕੇ ਇਹ ਮੌਤਾਂ ਹੋਈਆਂ ਨੇ ਨਰੋਲ ਤੇ ਨਰੋਲ ਜ਼ਿੰਮੇਵਾਰ ਪੰਜਾਬ ਸਰਕਾਰ ਹੈ ਪੰਜਾਬ ਸਰਕਾਰ ਦੇ ਜਿਹੜੇ ਮਹਿਕਮੇ ਨੇ ਉਹ ਜ਼ਿੰਮੇਵਾਰ ਹੈ ਜਾਂ ਉੱਥੋਂ ਜਿਹੜੇ MLA ਜਿਨ੍ਹਾਂ ਦੀ ਸੁਪਰਵਿਜ਼ਨ ਥੱਲੇ ਅਤੇ ਐਡਮਿਨਿਸਟ੍ਰੇਸ਼ਨ ਉਹ ਸਾਰੀ ਜ਼ਿੰਮੇਵਾਰ ਹੈ ਇਸ ਕਰਕੇ ਸਾਰੇ ਦੋਸ਼ੀਆਂ ਦੇ ਖਿਲਾਫ਼ ਕਮਿਸ਼ਨ ਕਿਵੇਂ ਕਰ ਸਕਦਾ ਅਸੀਂ CBI ਦੀ ਇਨਕੁਆਇਰੀ ਮੰਗਦੇ ਹਾਂ ED ਮਨੀ ਲਾਂਡਰਿੰਗ ਦਾ ਕੇਸ ਦੇਖੇ ਤਾਂ ਕਿ ਜਿਹੜਾ ਦੁੱਧ ਆ ਦੁੱਧ ਅਤੇ ਪਾਣੀ ਦੇ ਮੁੜ ਕੇ ਪੰਜਾਬ 'ਚ ਇਸ ਤਰ੍ਹਾਂ ਦੁਖਾਂਤ ਨਾ ਵਾਪਰੇ ਇਹਨਾਂ ਗੱਲਾਂ ਵਾਸਤੇ ਅੱਜ ਅਸੀਂ ਗਵਰਨਰ ਸਾਹਿਬ ਨੂੰ ਕਹਿਣਾ ਹੈ ਕਿ ਤੁਸੀਂ ਆਪਣੀ ਰਿਪੋਰਟ ਜਲਦੀ ਭੇਜੋ ਇਹ ਸਰਕਾਰ ਫੇਲ ਹੋਈ ਹੈ ਡਿਸਮਿਸ ਕਰੋ ਔਰ ਇਨਕੁਆਇਰੀ ਕਰਕੇ ਜੋ ਸਹੀ ਦੋਸ਼ੀ ਹੈ ਉਹਨਾਂ ਨੂੰ ਸਜ਼ਾ ਮਿਲੇ ਅਤੇ ਅੱਗੇ ਨੂੰ ਇਹ ਦੁਖਾਂਤ ਨਾ ਵਾਪਰੇ ਇਹ ਅੱਜ ਅਸੀਂ ਕਹਿਣਾ ਬਿਲਕੁਲ ਠੀਕ ਹੈ ਜਿਹੜਾ ਕੱਲ੍ਹ ਮੰਗ ਪੱਤਰ ਦਿੱਤਾ ਸੀ ਅਸੀਂ ਗਵਰਨਰ ਸਾਹਿਬ ਨੂੰ ਇਹ ਕਿਹਾ ਸੀ ਕਿ ਤੁਹਾਨੂੰ ਮੰਗ ਪੱਤਰ ਦੇਤਾ ਤੁਸੀਂ ਇਹ ਰਿਪੋਰਟ ਸੈਂਟਰ ਨੂੰ ਭੇਜਣੀ ਹੈ ਅਸੀਂ ਉਹਦੀ ਇੰਪਲੀਮੈਂਟੇਸ਼ਨ ਵਾਸਤੇ ਹੁਣ ਤਾਂ ਕਿ ਕਿਤੇ ਕਾਗਜ਼ ਇੱਥੇ ਹੀ ਨਾ ਪਏ ਰਹਿਣ ਅਸੀਂ ਗਵਰਨਰ ਸਾਹਿਬ ਨੂੰ ਇਹ ਕਹਿਣ ਆਏ ਹਾਂ ਕਿ ਪੰਜਾਬ ਸਰਕਾਰ ਦੇ ਖਿਲਾਫ਼ ਇਹ ਜਿਹੜੇ ਸਾਰੇ ਪੁਆਇੰਟ ਹੈ ਜੋ ਅੱਜ ਜਗ ਜ਼ਾਹਰ ਹੋ ਚੁੱਕੇ ਹੈ ਇਹ ਦਿੱਲੀ ਨੂੰ ਭੇਜੋ ਤਾਂ ਕਿ ਇਹ ਦਿੱਲੀ ਗਵਰਨਮੈਂਟ ਜਾਂ ਦਿੱਲੀ ਦੇ ਜੋ ਹੈਗਾ ਕਾਨੂੰਨ ਦੇ ਤਹਿਤ ਇਹਨਾਂ 'ਤੇ ਐਕਸ਼ਨ ਹੋਵੇ ਅੱਗੇ ਨੂੰ ਕੋਈ ਇਸ ਤਰ੍ਹਾਂ ਦੇ ਦੁਖਾਂਤ ਨਾ ਵਾਪਰਨ ਔਰ ਪੰਜਾਬ ਦੀ ਜਨਤਾ ਨੂੰ ਜਾਗਰਿਤ ਕਰਨ ਆਏ ਹਾਂ ਕਿ ਇਹ ਸਰਕਾਰ ਜਿਹੜੀ ਇਕੱਲੀ ਇਸ ਦੀ ਦੋਸ਼ੀ ਨਹੀਂ ਮੌਤਾਂ ਦੀ ਮੈਂ ਕਹਿੰਦਾ ਏਡੀ ਵੱਡੀ ਧਰਮ ਦੀ ਦੋਸ਼ੀ ਵੀ ਹੈ ਸਹੁੰ ਖਾ ਕੇ ਗੁਟਖਾ ਫੜ ਕੇ ਮੂੰਹ ਕਰਕੇ ਉੱਧਰ ਨੂੰ ਕਿ ਸਾਡਾ ਗੁਰੂਆਂ ਵੱਲ ਮੂੰਹ ਹੈ ਫੇਰ ਕਰਕੇ ਅੱਜ ਘਰ ਘਰ ਨਸ਼ਾ ਮੇਰਾ ਖਿਆਲ ਹੈ ਜਿੰਨੀ ਸਾਡੀ ਜ਼ਿੰਦਗੀ ਹੈ ਹਿਸਟਰੀ ਦੀ 60 ਸਾਲ ਤਾਂ ਮੈਨੂੰ ਕਿ 72 ਤੋਂ MLA ਬਣ ਲੱਗਿਆ ਅਤੇ ਮੇਰੇ ਦੇਖਣ 'ਚ ਅੱਜ ਤੱਕ ਐਡਾ ਵੱਡਾ ਦੁਖਾਂਤ ਇੰਨਾ ਨਸ਼ਾ ਪੰਜਾਬ 'ਚ ਕਦੇ ਨਹੀਂ ਹੋਇਆ ਅੱਜ ਤੱਕ ਔਰ ਸਾਰੀ ਸਰਕਾਰ ਮੈਂ ਨਹੀਂ ਕਹਿੰਦਾ ਬਾਜਵਾ ਕਹਿੰਦਾ ਦੁੱਲੋ ਕਹਿੰਦਾ 10 MLA ਨੇ ਕਹਿਤਾ ਕਿ ਤਾਂ ਸਾਰੇ 70% ਕਾਂਗਰਸ ਦੇ MLA ਦੋਸ਼ੀ ਨੇ ਕਾਂਗਰਸ ਖੁਦ ਦੋਸ਼ੀ ਹੈ ਨਾਲ ਅਫਸਰਾਂ ਦੀ ਮਿਲੀ ਭੁਗਤ ਹੈ ਸੋ ਅਸੀਂ ਨਹੀਂ ਕਹਿੰਦੇ ਅੱਜ ਤਾਂ ਸਾਰਾ ਪੰਜਾਬ ਕਹਿਣ ਲੱਗ ਗਿਆ ਇਹਨਾਂ ਦੇ ਆਪਣੇ ਬੰਦੇ ਕਹਿਣ ਲੱਗ ਗਏ ਸੋ ਇਸ ਕਰਕੇ ਇਹ ਫਿਰ ਇਦੋਂ ਵੀ ਉੱਪਰ ਜਾ ਕੇ ਚੀਫ ਸੈਕਟਰੀ ਨੇ ਕਿਹਾ ਕਿ ਅਸੀਂ ਨਹੀਂ ਜ਼ਿੰਮੇਵਾਰ ਤੁਹਾਡੇ MLA ਕੰਮ ਨਹੀਂ ਕਰਨ ਦੇ ਸਾਨੂੰ ਸੋ ਸਿੱਧਮ ਸਿੱਧੀ ਸਰਕਾਰ ਜ਼ਿੰਮੇਵਾਰ ਹੈ ਇਹ ਡਿਸਮਿਸ ਹੋਣੀ ਚਾਹੀਦੀ ਹੈ CBI ਦੀ ਇਨਕੁਆਇਰੀ ਔਰ ED ਮਨੀ ਲਾਂਡਰਿੰਗ ਦੇਖੇ ਤਾਂ ਕਿ ਸਾਰੇ ਜਿਹੜੇ ਦੋਸ਼ੀ ਹੈ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਹੋਣ ਜਿਨ੍ਹਾਂ ਨੇ ਰੁਪਇਆ ਕਮਾਇਆ ਜੇ 6,000 ਕਰੋੜ ਦਾ ਰੈਵਨਿਊ ਦਾ ਘਾਟਾ ਪੈ ਗਿਆ ਇਹ ਕਿਉਂ ਨਹੀਂ ਜਿਹੜੀ ਉਹਨੀਆਂ ਫੈਕਟਰੀਆਂ 'ਚੋਂ ਸਰਨੇ ਕਿ ਜਿਹੜੀ ਫੈਕਟਰੀ ਹੈ ਜਾਂ ਦੂਜੀ ਮਕੇਰੀਆਂ ਫੈਕਟਰੀ ਹੈ ਜਾਂ ਇੱਥੇ ਫੈਕਟਰੀਆਂ ਨੇ ਇਹਨਾਂ ਫੈਕਟਰੀਆਂ ਤੋਂ ਸਿੱਧੀ ਨਿਕਲਦੀ ਐਥਨੋਲ ਉਹ ਕਿਉਂ ਨਹੀਂ ਲੈ ਕੇ ਉਹਨਾਂ ਫੈਕਟਰੀਆਂ 'ਤੇ ਕਿਉਂ ਨਹੀਂ ਪਰਚਾ ਦਰਜ ਕਰਦੇ ਕਿਉਂ ਨਹੀਂ ਉਹ ਸਾਰੀਆਂ ਚੀਜ਼ਾਂ ਨੂੰ ਜ਼ਬਤ ਕਰਕੇ ਸਾਰਾ ਰਿਕਾਰਡ ਬੰਦ ਕਰਕੇ ਅਤੇ ਸਾਰਾ ਦੇਖਦੇ ਇਸ ਕਰਕੇ ਸਾਰਾ ਧਰਮ ਮਰਮ ਕਰ ਰਹੇ ਹੈ ਇਸ ਕਰਕੇ ਅਸੀਂ ਲਗਾਤਾਰ ਟਿੱਕੇ ਵੀ ਬੈਠਾਂਗੇ ਪੰਜਾਬ ਦੀ ਜਨਤਾ ਨੂੰ ਜਾਗਰਿਤ ਕਰਕੇ ਤਾਂ ਕਿ ਮੁੜ ਕੇ ਦਿਖਾਂਤ ਨਾ ਵਾਪਰਨ ਇਹਨਾਂ ਦਾ ਝੂਠ ਝੂਠੀਆਂ ਸਾਹਾਂ ਨੰਗੀਆਂ ਹੋਣ ਇਹ ਸਾਡਾ
ਮੈਂ ਪਿੱਛੇ ਮੇਰਾ ਮਤਲਬ ਕਿ ਕੀ ਰਾਸ਼ਨ ਦਾ ਬੜਾ ਦਿੰਦੇ ਆ ਮਾਫੀ ਆ ਜਿਹੜਾ ਆ ਗਿਆ ਮਾਂ ਦਾ ਪੰਜ ਲੱਖ ਦੇਖੋ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਫੋਟੋ ਓਪਰਚੁਨਿਟੀ ਸੀ ਜਾਂ ਮੈਂ ਕਹਿ ਸਕਦਾ ਇੱਕ ਸੈਰ ਸਪਾਟਾ उन्होंने जो आज कराया जो क्योंकि विक्टिम्स के पास वो नहीं गए एक जैसे छावनी बनाई जाती है जो वहां पे पुलिस लाइन था वहां पे गए और जिन एमएलओ ने जिनको आज पंजाब के लोग कातिल मांगते हैं उनको तो स्टेज पे बिठाया था तो 302 का पर्चा दर्ज कैसे होना है जितने ये सारे काम जो कारोबार सारा चल रहा है उधर इलीगल लिकर का और जिसके बारे इतनी चर्चा हुई है जैसे पुंदर साहब ने भी बताया कि 5600 करोड़ का लॉस होया 5600 करोड़ का लॉस होया कैप्टन अमरिंदर सिंह प्रधानमंत्री नु लिखी गए कि जी ठेके खोलने चाहिए सारे देश च जब ठेके खोले लाइना लगियां पंजाब च एक लाइन नहीं लगी उहदा कारण की होया कि कर्फ्यू दौरान लॉकडाउन दौरान राज्य के नंबर 2 च शराब बिकी है दोवे महकमे किहदे कोल है इहदी सेल रोकनी किने सी एक्साइज महकमे ने पुलिस महकमे ने ते दोवे महकमे फेल होए है अज मुच्छल पिंड तो जिथे 11 क मौतां होईयां कई ब्लाइंड होए है ये आप आए है सुखराज जी इन्हां दे कजन ब्रदर की भी डैथ होई सी और इसलिए आए है जिथे इंसाफ मंगन वास्ते कि इंडिपेंडेंट इनकुआरी होवे आफ्टर ऑल ए स्पिरिट आया कितों स्पिरिट कोई बॉर्डर तो ता पार होके आया नहीं या आप सारे नु थोनू पता हरियाणे भी स्पिरिट जा रहा सी वो भी राजपुरे तो जा रहा सी ए सारी स्पिरिट दी सप्लाई डिस्टिलरियां च होई है वो डिस्टिलरियां दी कोई चेकिंग नहीं हो रही जिन्हां दे नौ बार बार लोग लै रहे उत्थे कांग्रेस लीडर दे या उन्हां दे पीएस दे उन्हां दे खिलाफ कोई कार्रवाई नहीं हो रही इसलिए ये सारा जिहड़ा एक ड्रामा कैप्टन अमरिंदर सिंह 10 मिंट ली गए 10 मिंट ली पुलिस लाइन अंदर जेड़ी छावनी बनी सी एक फोटो अपॉर्चुनिटी करके एक मैं समझदा जिवें सैर सपाटा करके वो वापस आ रहे हैं विक्टम्स दे कोल क्यों नहीं गए विक्टम्स दी गल नूं क्यों नहीं सुनिया और जेड़े लोग जिन्हां ते दोष है वो तो स्टेज ते बिठाए सी जेड़े पीड़ित ने उन्हां दी तां गल किसे ने नहीं सुनी इसलिए यह जिहड़ा एक आई वॉश कैप्टन अमरिंदर सिंह वालों किया गया जी उन्हूं असी रिजैक्ट करते हैं और जिहड़े डिविजनल कमिश्नर ने देखो दशहरे की ट्रैजडी हुई वो रिपोर्ट का की बनिया वो मेयर रिपोर्ट बनने तो पहला ही कैप्टन अमरिंदर सिंह नूं दिखाई गई और जो कैप्टन अमरिंदर सिंह ने अप्रूव की वह डिविजनल कमिश्नर ने घुमकी मार के देती दशहरे की रिपोर्ट उही काम मौजूदा डिविजनल कमिश्नर ने करना इसलिए बार बार जिहड़ी गल साडे एमपी साहब ने गल कीती है 113 तो ऑफिशियल फिगर है एक्चुअल फिगर 150 तो वध है कई ब्लाइंड हो गया उन्हां दी जेन्युइन इनक्वायरी होके कि गांह इह जिहा हादसा ना वापरे एडा वड्डा जिहड़ा दुखांत होया उन्हां परिवारां नूं इंसाफ दिवाउणा और जो रेवेन्यू लॉस होया जिहदे नाल किसे गरीब नूं पेंशन मिल सकदी सी किसे बच्चे दा भला हो सकदा सी ओह रेवेन्यू लॉस जी सारी इंडिपेंडेंट इनकुआरी होवे या सीबीआई या ईडी या जिवें भुंदर साहब ने पहला भी जिक्र किया हाई कोर्ट के सिटिंग जज तो फिर तो असी उस इनकुआरी नूं मन्नांगे नहीं तो कवर अप क्लीन चिट इनकुआरी च साडा कोई भरोसा नहीं मैं थानू ओही दस रहा जी कैप्टन अमरिंदर सिंह जी दे दोहरे मापदंड थोड़े सामने है जे तो श्रोमणी अकाली दल धरना दवे ते फिर सारे कहदे कानून सानू गिनाए जांदे जे कांग्रेस पार्टी अपने आप कोई प्रोग्राम करे ओहदे च कोई कानून नहीं लागू जा उन्हां दी बी टीम कोई प्रोग्राम करे तां कोई कानून नहीं लागू इसलिए यह सारा कुछ थोड़े सामने है लोगों नूं भी समझ आ जानी चाहीदी कि केड़ी पार्टियां सरकार नाल रलियां ने और चाहुंदियां ही नहीं कि सच सामने आवे और असी अज सिर्फ ते सिर्फ इंसाफ दी सच्चाई दी क्योंकि ऑफिशियल फिगर 113 मगर मैं थोनू बार बार कह रहा ये फिगर झूठा है ऑफिशियल फिगर 150 ते 200 दे विच है और एदी जेड़ी सारी मतलब एक जिले की गल नहीं दिस इज तरन तारण
अमृतसर बटाला लुधियाना पटियाला पंजाब दे पठानकोट कई जिले ने जिहड़े इस तों प्रभावित ने। इसलिए जो इंडिपेंडेंट इनकुआरी और असी आप सीएम नूं जिम्मेवार मानदे हां, इसलिए जिवें प्रताप सिंह बाजवा एक्स पीपीसीसी प्रधान जां दूलो साहब एक्स पीपीसीसी प्रधान जो मंग कर रहे हैं, अज हर बंदे दी यही मंग है कि इंडिपेंडेंट इनकुआरी होवे, कवर अप ऑपरेशन ना होवे, क्योंकि इहदा बहुत वड्डा पंजाब नूं रेवेन्यू भी ते जानी माली भी नुकसान होया। सर, जिस तरीके से आपने चार दिनों के लिए धरना देना था, आज आपको रोक दिया गया है, राजभवन नहीं जाने दिया गया, क्या आगे जारी रहेगा? साडा तो बड़ा फॉर फेयर प्रोब, असी आप दे हर कसी, आज कोई ज्यादा बंदे नहीं, बड़े सीमित बंदे, क्योंकि वो पिंड दे बंदे आए हैं, मुच्छल पिंड दे, इसलिए आए हैं कि साडी गल सुन के इंसाफ दियो। अज भी आए हैं, कल भी आवांगे, रोज आवांगे जब तक इंसाफ नहीं मिलूगा। और कैप्टन अमरिंदर सिंह दी आज 10 मिनट दी फेरी फोटो अपॉर्चुनिटी जो अंडर प्रेशर हुई है उस नु असी रिजेक्ट कर दे। और मुआवजे दी बादल साहब ने पहला भी मांग रखी है कि वो गरीब परिवार ने देखो उन्हां परिवारां नु 20 तो 25 लाख रुपए मुआवजा ते नाल एक नौकरी मदद, क्योंकि सारिया दे ब्रेड अर्नर चले गए है। इसलिए इस सरकार इस ट्रेजेडी लिए इस मौत लिए जिम्मेवार है और उस लिए गरीबा की मदद होनी चाहिए।